ਸੋ ਤੁਸੀਂ ਦੇਖ ਸਕਦੇ ਹੋ ਕਿ ਸਿੰਘੂ ਬਾਰਡਰ ਦੇ ਉੱਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ, ਪਾਣੀ ਦੀ ਕਿੱਲਤ ਨੂੰ ਦੇਖਦਿਆਂ ਹੋਇਆਂ, ਮਾਨਯੋਗ ਸਿੰਘ ਸਾਹਿਬ, ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇੱਥੇ ਪਾਣੀ ਦਾ ਬੋਰ ਕਰਵਾਇਆ ਗਿਆ। ਸੋ ਵੱਖ ਵੱਖ ਲੰਗਰਾਂ ਦੇ ਵਿੱਚੋਂ ਆ ਕੇ ਪਾਣੀ ਦੇ ਟਰੈਕਟਰ ਟਰਾਲੀਆਂ, ਸੋ ਵੀਰ ਲੰਗਰਾਂ ਵਾਲੇ ਜਿੰਨੇ ਆਪੋ ਆਪਣੇ ਪਾਣੀ ਦੇ ਟੈਂਕਰ ਲਿਆ ਕੇ ਸੋ ਇੱਥੋਂ ਭਰਵਾਉਂਦੇ ਹਨ, ਤਾਂ ਕਿ ਲੰਗਰਾਂ ਦੇ ਵਿੱਚ ਸਾਰਿਆਂ ਦੇ ਪੀਣ ਵਾਸਤੇ ਬਹੁਤ ਹੀ ਠੰਡਾ ਮਿੱਠਾ ਅਤੇ ਸ਼ੀਤਲ ਜਲ। ਦੇਖੋ ਕਿੱਡਾ ਲੰਮੀ ਧਾਰ ਪੈ ਰਹੀ ਹੈ, ਬਹੁਤ ਹੀ ਸੋਹਣਾ ਪਾਣੀ ਸਾਫ਼ ਸੁਥਰਾ ਜਿਹੜਾ ਉਹ ਥੱਲੋਂ ਬੋਰ ਦੇ ਵਿੱਚੋਂ ਨਿਕਲਿਆ। ਸੰਗਤਾਂ ਵੱਡੀ ਤਾਦਾਦ ਦੇ ਵਿੱਚ ਇੱਥੋਂ ਜਲ ਭਰਵਾ ਕੇ ਲੈ ਕੇ ਜਾ ਰਹੀਆਂ ਹਨ। ਸੋ ਸਿੰਘ ਪਾਣੀ ਦੇ ਟੈਂਕਰ ਭਰਨ ਦੀ ਸੇਵਾ ਨਿਭਾ ਰਹੇ ਹਨ। ਸੋ ਜਿੱਥੇ NRI ਵੀਰਾਂ ਵੱਲੋਂ ਲੱਖਾਂ ਅਤੇ ਕਰੋੜਾਂ ਰੁਪਈਏ ਲਾ ਲਾ ਕੇ ਪਾਣੀ ਦੀਆਂ ਬੋਤਲਾਂ ਭਰ ਭਰ ਕੇ ਇੱਥੇ ਭੇਜੀਆਂ ਜਾ ਰਹੀਆਂ ਸਨ, ਸੋ ਉੱਥੇ ਪਾਣੀ ਦੇ ਬੋਰ ਨੇ ਬਹੁਤ ਵੱਡੀ ਸਹੂਲਤ ਦਿੱਤੀ ਹੈ, ਤਾਂ ਕਿ ਸਾਰੀਆਂ ਸੰਗਤਾਂ ਵਾਸਤੇ ਇਹਦਾ ਬੜਾ ਵੱਡਾ ਫਾਇਦਾ ਲੰਗਰਾਂ ਵਾਲਿਆਂ ਨੂੰ ਹੋ ਰਿਹਾ। ਜਿੱਥੇ ਮਿੱਟੀ ਉੱਡ ਰਹੀ ਹੈ ਉੱਥੇ ਸੜਕਾਂ ਦੇ ਵਿੱਚ ਵੀ ਪਾਣੀ ਛਿੜਕਿਆ ਜਾ ਰਿਹਾ ਨਾਲ ਦੀ ਨਾਲ, ਤਾਂ ਕਿ ਮਿੱਟੀ ਘੱਟਾ ਜਿਹੜਾ ਲੰਗਰਾਂ ਦੇ ਵਿੱਚ ਉੱਡ ਕੇ ਨਾ ਪਵੇ। ਸੋ ਮੋਟਰ ਦੇ ਪਾਣੀ ਦੇ ਨਾਲ ਜਿੱਥੇ ਪਾਣੀ ਦੇ ਟੈਂਕਰ ਭਰੇ ਜਾ ਰਹੇ ਉੱਥੇ ਸਾਫ਼ ਪੀਣ ਵਾਲਾ ਪਾਣੀ ਜੋ ਕਿ ਟੈਂਕ ਦੇ ਵਿੱਚ ਭਰ ਕੇ ਵੱਡੀ ਟੈਂਕੀ ਰੱਖੀ ਹੋਈ ਹੈ ਉਹਦੇ ਨਾਲ ਵਾਟਰ ਕੂਲਰ ਨਵਾਂ ਲਿਆ ਕੇ ਪਾਣੀ ਠੰਡਾ ਕਰਨ ਵਾਸਤੇ ਲਾਇਆ ਜਾ ਰਿਹਾ ਹੈ, ਤਾਂ ਕਿ ਸੰਗਤਾਂ ਨੂੰ ਸਾਰੀ ਸਹੂਲਤ ਜਿਹੜੀ ਆ ਉਹ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਕੁੰਡਲੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ ਜਿੱਥੇ ਸਮੁੱਚੇ ਕਿਸਾਨਾਂ ਵੱਲੋਂ ਮੋਰਚਾ ਲਾਇਆ ਗਿਆ ਹੈ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ, ਉੱਥੇ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ KFC ਮਾਲ ਦੇ ਬਿਲਕੁਲ ਸਾਹਮਣੇ, ਸੋ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਹੋਇਆਂ, ਸੋ ਜਿੱਥੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਜਸਵੀਰ ਸਿੰਘ ਜੀ ਖਾਲਸਾ, ਜੋ ਕਿ ਸਾਬਕਾ ਜਥੇਦਾਰ ਹਨ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਵੱਲੋਂ ਗਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦਿਆਂ ਹੋਇਆਂ ਸੋ ਇੱਥੇ ਪਾਣੀ ਦੇ ਬੋਰ ਦੀ ਸੇਵਾ ਕਰਵਾਈ ਗਈ ਹੈ। ਸੋ ਬੋਰ ਦਾ ਬਹੁਤ ਹੀ ਵਧੀਆ ਪਾਣੀ ਪੀਣ ਯੋਗ ਬੋਰ ਦੇ ਵਿੱਚੋਂ ਨਿਕਲਿਆ ਹੈ, ਠੰਡਾ ਮਿੱਠਾ ਸ਼ੀਤਲ ਜਲ। ਸੋ ਆਪ ਦੇਖ ਰਹੇ ਹੋ ਕਿੱਦਾਂ ਪਾਣੀ ਛਿੜਕਣ ਵਾਸਤੇ ਔਰ ਜੋ ਪਾਣੀ ਦੇ ਟੈਂਕਰ ਖੜ੍ਹੇ ਹਨ ਉਹਨਾਂ ਵਾਸਤੇ ਪਾਣੀ ਭਰਨ ਵਾਸਤੇ, ਸੋ ਆਲੇ ਦੁਆਲੇ ਦੇ ਜਿੰਨੇ ਲੰਗਰਾਂ ਵਾਲੇ ਹਨ ਉਹ ਸਾਰੇ ਵੱਡੀ ਤਾਦਾਦ ਦੇ ਵਿੱਚ ਆ ਕਰਕੇ ਆਪਣੇ ਪਾਣੀ ਵਾਲੇ ਟੈਂਕਰ ਭਰਵਾ ਕੇ ਇੱਥੋਂ ਲੈ ਕੇ ਜਾ ਰਹੇ ਹਨ ਲੰਗਰਾਂ ਵਾਸਤੇ।